वाहिगुरु जी का खालसा, वाहिगुरु जी की फतेह। पिछले 11 दिनों तो दास साहब जी के नाल गुरबाणी विच जो संत साध महापुरख आदि शब्द आते हैं, ये किस दे वास्ते वरते गए हैं, किनू संत कहा गया, किनू साध कहा गया, यदि विचार सांझी कर रहे हैं। पहले भाग दे विच असी समझिया सी कि संत या साधु शब्द या साध शब्द एक वचन आउंदे ने ते किहदे वास्ते आउंदे ने। हुण दूजे भाग दे विच समझ रहे हां कि जिस वेले इह शब्द बहुवचन आउंदे ने ते किस दे वास्ते आउंदे ने। पिछले 2 दिनां दे विच संत शब्द बहुवचन आउंदा है ते किवें आउंदा है, सानूं पता किवें लगदा है कि बहुवचन हो गया, और उहदा भाव की निकलदा है, इह असीं विचार सांझी कर चुके हां कि ਗੁਰਮੁਖਾਂ ਵਾਸਤੇ ਆਉਂਦਾ ਹੈ, ਭਲੇ ਪੁਰਸ਼ਾਂ ਵਾਸਤੇ ਆਉਂਦਾ ਹੈ, ਕਿਸੇ ਇੱਕ ਕੈਟੇਗਰੀ ਵਾਸਤੇ ਨਹੀਂ ਆਉਂਦਾ ਕਿ ਇਹ ਸੰਤਾਂ ਦੀ ਕੈਟੇਗਰੀ ਹੈ, ਸਾਧੂਆਂ ਦੀ ਕੈਟੇਗਰੀ ਹੈ। ਜਿਹੜੇ ਗੁਰੂ ਨੂੰ ਪਿਆਰ ਕਰਨ ਵਾਲੇ ਨੇ, ਗੁਰੂ ਦੇ ਹੁਕਮ 'ਚ ਚੱਲਣ ਵਾਲੇ ਨੇ, ਅਕਾਲ ਪੁਰਖ 'ਚ ਪੂਰਨ ਨਿਸ਼ਚਾ ਰੱਖਣ ਵਾਲੇ ਨੇ, ਉਹਨਾਂ ਸਾਰਿਆਂ ਦੇ ਵਾਸਤੇ ਆਉਂਦਾ। ਅੱਜ ਇਸੇ ਲੜੀ ਦੇ ਵਿੱਚ ਅਸੀਂ ਸਾਧੂ ਲਫਜ਼ ਜਿਸ ਵੇਲੇ ਬਹੁਵਚਨ ਆਉਂਦਾ ਅਤੇ ਉਹ ਕਿਸ ਦੇ ਵਾਸਤੇ ਆਉਂਦਾ ਉਹ ਵਿਚਾਰਾਂਗੇ। ਪਹਿਲੀ ਗੱਲ ਤਾਂ ਇਹ ਕਿ ਜਿਵੇਂ ਸੰਤ ਦੇ ਨਾਲ ਕੋਈ ਸ਼ਬਦ ਜੁੜਨ ਨਾਲ ਜਾਂ ਸੰਤ ਦਾ ਰੂਪ ਬਦਲਣ ਨਾਲ, ਸੰਤ ਦੀ ਬਜਾਏ ਸੰਤਾਂ ਬਣ ਗਿਆ ਬਹੁਵਚਨ ਹੋ ਗਿਆ, ਸੰਤ ਦੀ ਬਜਾਏ ਸੰਤਨ ਬਣ ਗਿਆ ਤਾਂ ਬਹੁਵਚਨ ਹੋ ਗਿਆ, ਜਾਂ ਕੋਈ ਹੋਰ ਲਫਜ਼ ਨਾਲ ਸਹਾਇਕ ਜੁੜ ਗਿਆ ਤਾਂ ਬਹੁਵਚਨ ਹੋ ਗਿਆ, ਇਹ ਵਿਚਾਰਿਆ ਸੀ। ਇਸ ਤਰ੍ਹਾਂ ਹੀ ਸਾਧੂ ਲਫਜ਼ ਦਾ ਜਿਸ ਵੇਲੇ ਰੂਪ ਬਦਲਦਾ ਅਤੇ ਜਾਂ ਉਹਦੇ ਨਾਲ ਕੋਈ ਸਹਾਇਕ ਲਫਜ਼ ਲੱਗਦਾ, ਇਹ ਬਹੁਵਚਨ ਬਣ ਜਾਂਦਾ। ਜਿਵੇਂ ਅੱਜ ਦਾ ਜਿਹੜਾ ਪਹਿਲਾ ਪ੍ਰਮਾਣ ਹੈ, ਗੁਰੂ ਤੇਗ ਬਹਾਦਰ ਸਾਹਿਬ ਦਾ ਉਚਾਰਨ ਕੀਤਾ ਹੋਇਆ, ਜਿੱਥੇ ਨੌਵੇਂ ਨਾਨਕ ਬਖਸ਼ਿਸ਼ ਕਰਦੇ ਨੇ, ਸਾਧੋ ਮਨ ਕਾ ਮਾਨ ਤਿਆਗੋ, ਕਾਮ ਕ੍ਰੋਧ ਸੰਗਤ ਦੁਰਜਨ ਕੀ ਤਾਤੇ ਅਹਿਨਿਸ ਭਾਗੋ। ਸਾਧੋ ਲਫਜ਼ ਬਣ ਗਿਆ ਅਤੇ ਬਹੁਵਚਨ ਹੋ ਗਿਆ, ਨਾ ਸਾਧ ਹੈ ਅਤੇ ਨਾ ਸਾਧੂ ਹੈ, ਸਾਧੋ ਭਾਵ ਬਹੁਤਿਆਂ ਨੂੰ ਸੰਕੇਤਕ ਕੀਤਾ ਜਾ ਰਿਹਾ, ਬਹੁਤਿਆਂ ਨੂੰ ਟਾਰਗੇਟ ਕੀਤਾ ਜਾ ਰਿਹਾ। ਇੱਕ ਹੋਰ ਛੋਟੀ ਜਿਹੀ ਬੇਨਤੀ ਕਰਾਂ, ਜੇ ਕਿਸੇ ਖਾਸ ਸਾਧ ਦੇ ਬਾਰੇ ਹੁੰਦਾ ਤਾਂ ਫਿਰ ਉਹਨੂੰ ਇਹ ਨਹੀਂ ਕਿਹਾ ਜਾ ਸਕਦਾ ਮਨ ਕਾ ਮਾਨ ਤਿਆਗੋ, ਫਿਰ ਉਹ ਤਾਂ ਜੇ ਸੱਚਮੁੱਚ ਸਾਧੂ ਹੈ ਤਾਂ ਫਿਰ ਉਹਦੇ ਵਿੱਚ ਤਾਂ ਮਨ ਦਾ ਮਾਨ ਹੋਣਾ ਹੀ ਨਹੀਂ ਚਾਹੀਦਾ। ਇਹ ਤਾਂ ਆਮ ਗੁਰਮੁਖ ਪਿਆਰਿਆਂ ਵਾਸਤੇ ਵਰਤਿਆ ਜਾ ਰਿਹਾ, ਸਾਧੋ ਮਨ ਕਾ ਮਾਨ ਤਿਆਗੋ, ਬਹੁਵਚਨ, ਇਹ ਸਾਂਝਣੋ, ਇਹ ਸਤਸੰਗੀਓ, ਮਨ ਦਾ ਮਾਨ ਤਿਆ ਛੱਡ ਦਿਓ, ਹਉਮੈ ਨੂੰ ਛੱਡ ਦਿਓ, ਜਿਹੜੇ ਵਿਕਾਰ ਨੇ ਤੁਹਾਡੇ ਜੀਵਨ 'ਚ, ਕਾਮ ਕ੍ਰੋਧ ਸੰਗਤ ਦੁਰਜਨ ਕੀ, ਮੰਦੇ ਲੋਕਾਂ ਦੀ ਸੰਗਤ, ਭੈੜੇ ਲੋਕਾਂ ਦੀ ਸੰਗਤ, ਜਿਹੜੇ ਮਨੁੱਖਤਾ ਦਾ ਕਾਣ ਕਰਨ ਵਾਲੇ ਨੇ ਉਹਨਾਂ ਦੀ ਸੰਗਤ, ਔਰ ਇਹ ਕਾਮ ਕ੍ਰੋਧ ਦੀ ਸੰਗਤ ਵੀ ਤਾਂ ਦੁਰਜਨ ਦੀ ਸੰਗਤ ਹੀ ਹੈ ਨਾ, ਤਾਂ ਤੇ ਅਣਸ ਭਾਗੋ, ਦਿਨ ਰਾਤ ਇਹਨਾਂ ਕੋਲੋਂ ਦੂਰ ਰਹੋ, ਬਚ ਕੇ ਰਹੋ, ਇਹ ਸੰਕੇਤ ਦਿੱਤਾ। ਹੁਣ ਇੱਥੇ ਸਾਧੋ ਲਫਜ਼ ਬਣ ਗਿਆ, ਬਹੁਵਚਨ ਬਣ ਗਿਆ, ਸੰਤ ਜਨੋ ਜਾਂ ਸਤਸੰਗੀਓ, ਉਹਨਾਂ ਵਾਸਤੇ ਬਣ ਗਿਆ। ਅੱਜ ਦਾ ਦੂਸਰਾ ਪ੍ਰਮਾਣ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ, ਜਿੱਥੇ ਚੌਥੇ ਨਾਨਕ ਬਖਸ਼ਿਸ਼ ਕਰਦੇ ਨੇ, ਜਿਨ ਕੋ ਦਿਆਲ ਹੋਆ ਮੇਰਾ ਸਵਾਮੀ, ਤਿੰਨਾਂ ਸਾਧ ਜਨਾ ਪੱਗ ਚਕਟੀ, ਨਾਨਕ ਪਤਿਤ ਪਵਿੱਤ ਮਿਲ ਸੰਗਤ, ਗੁਰ ਸਤਿਗੁਰ ਪਾਤਸ਼ਾਹ ਛੁਕਟੀ। ਇੱਥੇ ਲਫਜ਼ ਸਾਧ ਦੇ ਨਾਲ ਜਨਾ ਲੱਗ ਗਿਆ, ਔਰ ਕਿਹਦੇ ਵਾਸਤੇ ਵਰਤਿਆ ਜਾ ਰਿਹਾ, ਕਿਹਨਾਂ ਨੂੰ ਕਿਹਾ ਜਾ ਰਿਹਾ ਸਾਧ ਜਨਾ, ਉਹਦਾ ਗੱਲ ਵੀ ਵਿੱਚ ਹੀ ਸੰਕੇਤ ਆ ਗਿਆ, ਪ੍ਰਮਾਣ ਦੇ ਵਿੱਚ ਹੀ ਸੰਕੇਤ ਆ ਗਿਆ, ਕਲੀਅਰ ਹੋ ਗਿਆ। ਜਿਨ ਕਉ ਦਿਆਲ ਹੋਆ ਮੇਰਾ ਸਵਾਮੀ, ਜਿਨ੍ਹਾਂ ਉੱਤੇ ਮੇਰਾ ਅਕਾਲ ਪੁਰਖ ਵਾਹਿਗੁਰੂ ਮਿਹਰਬਾਨ ਹੋ ਗਿਆ, ਤਿੰਨ ਸਾਧ ਜਨਾ ਪੱਗ ਚੱਕੀ, ਉਹਨਾਂ ਨੇ
सत्संगियों के चरण स्पर्श ने शुरू करते, भाव भले लोगों की संगत में चले गए, उन्हों की सोभत दे विचों भले गुण प्राप्त करने शुरू कर दिते। साध जना एक नहीं रह गया, जना बन गया तो बहुते हो गए। और ये आप बड़ी बारी गल कर चुके हैं, अकाल पुरख की बख्शिश होंगी है तो सत्संगत मिला देता है। हुण किन्ना साध जना की गल हो रही है, नानक पतित पवित, पत तो पवित हो गए, मिल संगत संगत नाल मिलन करके। आ सात जना की गल जी हो रही है, सत्संगत की गल हो रही है। किन्ना की संगत विच पवित होएगा, पत तो सात जना की, सत्संगियों की, भले लोगों की, भले पुरशां की। नानक पतित पवित मिल संगत, गुर सतगुर पाछै छुकटी। वो फिर विकारां तो मुक्त हो के गुरु की सिक्ख्या उत्ते तुरना शुरू कर देंदे ने, गुरु के उपदेश मुताबक जीवन जीना शुरू कर देंदे ने। इस करके पत तो पवित्र हो जाते हैं, पवित्र हो जाते हैं। एक प्रमाण असी साध या साधु का रूप बदलन वाला वेख लिया, एक सहायक लफज लगन वाला वेख लिया, दोनों के नाल बहुवचन बन गया, दोनों के नाल जो अर्थ संत बहु वचन विच आउंदा है उहदा बनता है, उही अर्थ जिहड़ा है साधु या साध बहुवचन विच आ गया तो वह बन गया सत्संगत वास्ते, जिहड़ा है हो गया भले लोगों की संगत वास्ते, किसी कैटेगरी वास्ते नहीं कि इस चिट्टे चोले वाले ने इस करके संत ने, नंगियां लत्तां वाले ने इसके संत ने, इन्हां गोल पग बंदे ने इस करके संत ने, उन्हां वास्ते नहीं, या जिन्हां दा एक डेरा बनया होया इस करके क्योंकि डेरे च बहिंदे ने तो संत ने, उन्हां वास्ते नहीं। आपां सारी संतां जिसलै गुरु दे हुक्म दे विच जीवन बतीत करिए, अकाल पुरख दे उत्ते पूर्ण विश्वास रखिए सारे ही संत, और सत्संगत विच बैठे हुए हां ते संत, संत संगत है। फिर ये दो भाग तो मुक गए ने, संत ते साधु एक वचन आउंदे ने ते किहदे वास्ते आउंदे ने, ते यही दोनों लफज जिसे बहुवचन आउंदे ने ते किसदे वास्ते आउंदे ने, ये विचार हो गई। लेकिन अजे होर काफ़ी विचार इहदे विच करन वाली विचार जारी रहेगी, अज बस इतने एक वचन प्रवान करना। होईआं भुल्लां वास्ते खिमा बख्श देना जी। वाहिगुरु जी का खालसा, वाहिगुरु जी की फतेह।